ਕਰੋ ਵੀ ਕਰੋ ਕਿੰਨੇ ਪੈਸੇ ਮੰਗਦਾ ਬੱਕਰੀ ਨੇ ਬੋਲ ਬੋਲ ਬੱਕਰੀ ਕਿੰਨੇ ਪੈਸੇ ਅੱਗੇ ਦੀ ਕਾਹ ਤੋਂ ਖੜਦੇ ਹੁੰਦੇ ਯਾਰ ਬੱਕਰੀ ਨਾ ਕਾਲੀ ਨਾ ਜੀ ਦੋ ਪੱਠਾਂ ਦਾ ਚੇਂਜ ਕਰ ਰਹੇ ਆ ਬਾਕੀ ਪੈਸੇ ਕਹਿੰਦੇ ਲੈ ਲਾਂਗੇ ਅਸੀਂ ਨਾਲ ਸਲਾਹ ਕਰ ਦਿੰਦੇ ਫਿਰ ਕਿਵੇਂ ਕਰਨੇ ਦੱਸ ਦੇ ਤੂੰ ਵੀ ਆਉਣਾ ਕਿੰਨੇ ਕਰਨਾ ਦੱਸ ਦੇ 4000 ਦਾ ਨੀ ਗਿਆ 1500 ਰੁਪਇਆ ਦਵਾ ਦੂੰਗਾ ਰਾਤ ਕਸਰੀ ਕਾਟ ਦੇ ਬੋਲੇ ਨੇ ਵਿਚਾਰੇ ਤਿੰਨ ਯਾਰ ਕਹਿੰਦਾ ਉਹਨੇ ਤਿੰਨ ਕਿਹਾ ਹੁੰਦਾ ਤਿੰਨ ਲਾਤਾ ਕਹਿੰਦਾ ਉਹਨੇ ਤਿੰਨ ਦੇ ਦਿੰਦੇ ਕਾਲੀ ਨੇ ਕਰਨਾ ਗੱਲ ਕਹਿੰਦਾ ਯਾਰ ਆਹ ਪੱਠਾ ਦੋਸਤੋ ਦੋ ਤਿੰਨ ਨਾਲ ਬੱਕਰੀ ਲੈ ਰਿਹਾ ਬਾਈ ਜੀ ਚੇਂਜ ਕਰ ਨਾਲ ਇਹ ਬੜ ਗਿਆ ਯਾਰ ਮੇਰੀ ਗੱਲ ਸੁਣ ਯਾਰ 100 ਰੁਪਏ 3000 ਰੁਪਏ ਦੇ ਰਿਹਾ ਜਾ ਯਾਰ ਠੀਕ ਹੈ ਹੁਣ ਠੀਕ ਹੈ 2000 ਤੇ ਦੇਣੇ ਬੜਾ ਦੋਨਾਂ ਦਾ 100 ਰੁਪਏ ਤੋਂ ਨਹੀਂ 100 ਇਹਨਾਂ ਨੂੰ ਦੇਣਗੇ ਯਾਰ 3000 ਹੋ ਗਿਆ ਆਪਾਂ ਕਾਲੀ ਕਹੇ ਕੀ ਯਾਰ ਤੁਸੀਂ ਮੈਨੂੰ ਆਏ ਮਾਰਨੇ ਯਾਰ ਕਾਲੀ 2000 ਦੇ ਲਈ 100 ਬਾਈ ਕੇ ਦੇ ਦੇਣਗੇ ਸਾਨੂੰ ਕਹਿੰਦੇ ਆ 100 ਦੀਆਂ ਬੈਗਾਂ ਹਾਂ ਤੈਨੇ ਰੱਖੋ ਦੀਆਂ ਬੈਗੀਆਂ ਇਹਨਾਂ ਦਾ ਨਾ ਹੀ ਦੇ ਰਹੇ ਆ ਉਹ ਜਮਾ ਸਿਰੇ ਦੇ ਆਗੇ ਕੰਮ ਤਾਂ ਖਰਾਬ ਕਰੀਏ ਨੇ ਬੱਕਰੀ ਕਿਹੜੀ ਆਈ ਸੀ ਨਾ ਉਹ ਬਾਂਡੀਆਂ ਦਾ ਭਾਈ ਜਦੋਂ ਕਹਿ ਟਾਈਮ ਨਾ ਪੈ ਗਿਆ ਆਹ ਬੱਕਰੀ ਦੋਸਤੋ ਜਿਹਦੇ ਨਾਲ ਚੇਂਜ ਹੋ ਰਿਹਾ ਕੰਮ ਦੋ ਪੱਠਾ ਦੇ ਰਹੇ ਤੇ ਆਹ ਬੱਕਰੀ ਵਾਲੇ ਬਾਈ ਨੇ ਦੇਣਾ ਨਾਲ 3000 ਰੁਪਇਆ ਪੱਠਾ ਵਾਲਿਆਂ ਨੇ ਲੈਣਾ ਨਾਲ ਜਿਹਦੀਆਂ ਪੱਠਾ ਉਹਨੇ 3000 ਰੁਪਇਆ ਲੈਣਾ ਤੇ ਬੱਕਰੀ ਵਾਲੇ ਨੇ ਦੇਣਾ 3000 ਰੁਪਇਆ ਜਮਾ ਖੀਰੀ ਕੱਚੀ
ਮੰਡੀ ਦਾ ਵੀ ਲਿਖਾਈ ਆਪੋ ਆਪਣੀ ਇੱਥੇ ਲਿਖਾਈ ਲਿਖਾਈ ਆਪਾਂ ਕਰਾਉਣੀ ਸੌ ਰੁਪਇਆ ਉੱਤੇ ਆਪਾਂ ਦੇਣਾ ਤੇਰੇ ਬੱਕਰੀ ਕਰਾ ਦੇਣਾ ਲਿਖਾਈ ਜਿਹੜੀ ਤੂੰ ਲੈਣਾ ਐ ਕਰ ਲਓ ਤੁਸੀਂ ਫਿਰ ਫਿਰ ਹੋਰ ਕੀ ਐ ਹੋਊਗਾ ਤੇਰੇ ਦੀ ਬੱਕਰੀ ਦੀ ਲਿਖਾਈ ਬਾਈ ਕੇ ਕਰਾ ਦੇਣਗੇ ਤੇ ਪੱਠੇ ਤੂੰ ਕਰਾ ਦੇ ਵੇਖ ਲਓ ਆਉਂਦਾ ਬਈ ਤੁਸੀਂ ਵੇਖੋ ਆਉਂਦਾ ਜਿਹੜੀ ਬਾਈ ਆ ਪੱਠ ਲੈ ਰਿਹਾ ਇਹਨੇ ਵੀ ਲਿਖਾਈ ਅਸੀਂ ਕਰਾ ਦਾਂਗੇ ਤੇਰੀ ਪੱਠ ਦੀ ਤੇ ਤੂੰ ਆ ਦੇਣਾ ਪੱਠੇ ਲਿਖਾਈ ਤੂੰ ਸਾਨੂੰ ਕਰਾ ਦੀ ਐ ਹੋ ਗਿਆ ਸਹੀ ਹੈ ਕਿੰਨੇ ਪੈਸੇ ਦਾ ਹੋ ਗਿਆ 3000 ਜੋ 3000 ਜਿਵੇਂ ਨਾਲ ਦੇਣਾ ਲਿਖਾਈ ਇਹਨਾਂ ਨੂੰ ਪਾ ਦੀ ਇਹਨਾਂ ਨੇ ਯਾਰ 200 ਇਹਨਾਂ ਨੂੰ ਪਾ ਦੀ ਆ ਤੇ ਇਹਨਾਂ ਦਾ ਪਊਗਾ ਤੈਨੂੰ 100 ਤੈਨੂੰ ਪਾਉਂਦੇ ਆ ਬਈ ਵੇਖ ਲਾ ਉਹਦਾ ਫਿਰ ਰਹਿਣ ਦੋ ਰਹਿਣ ਦੇ ਕੀ ਕਿੰਨਾ ਤੁਹਾਡਾ ਲਿਖਾਈ ਚ ਕੀ ਆ ਮੈਂ ਕੋਈ ਲਿਖਾਈ ਚ 3000 ਦਾ ਫਰਕ ਹੈ 100 ਦਾ ਫਰਕ ਹੈ 3000 ਦਾ 100 ਦਾ ਫਰਕ ਹੈ 100 ਦਾ ਲਿਖਾਈ ਕਰਨ ਦੀ ਛੱਡ ਦੇ 3000 ਦਾ ਫਰਕ ਕਿੰਨਾ ਨਿਕਲ ਗਿਆ 100 ਦਾ 100 ਦਾ ਕਹਿੰਦਾ ਉਹ ਯਾਰ ਹੁਣ ਤੂੰ ਆ ਜੀ ਤੇ ਤੂੰ ਆ ਉਹ ਕਿੰਨਾ ਨਹੀਂ ਕੀ ਕਹਿੰਦਾ ਮੇਰੀ ਨਹੀਂ ਨਾ ਮੇਰੀ ਦਾ ਉਹ ਹੈ ਉਹ ਭਾਈ 200 ਹੋ ਗਿਆ ਬਈ ਹੋ ਗਿਆ ਕਲੀਅਰ ਦੋਸਤੋ ਪੱਠਾ ਸੀਗਾ ਜੋੜਾ ਇਹ ਬਾਈ ਨੇ ਲਈਆਂ ਤੇ ਆਹ ਨਾਲ ਬੱਕਰੀ ਦਿੱਤੀ ਨਾਲ 3000 ਰੁਪਏ ਦਿੱਤਾ ਪੱਠਾ ਨੇ ਬਾਈ ਨੇ ਸੌ ਪਿੱਛੇ ਲੜਿਆ ਤਾਂ ਇਹਨਾਂ ਮਗਾਇਆ 3000 ਰੁਪਏ ਨੂੰ ਹੋ ਗਿਆ ਬੱਕਰੀ ਦੇ ਨਾਲ 3000 ਰੁਪਇਆ ਲਿਆ ਬਾਈਆਂ ਨੇ ਚੱਲੇ ਦੇਣ ਲਊਗੀ ਬਾਈ ਦੇਣ ਤਾਂ ਲੈ ਜੂਗੀ ਹੱਫ ਤੱਕ ਲਊਗੀ ਬਾਈ ਮੇਰੇ ਤਾਂ ਬੱਕਰੀ ਖੜੀ ਹੈ ਹੱਫ ਤੱਕ ਲਊਗੀ ਹਾਂ ਉਹ 3000 ਰੁਪਏ ਵਟਾ ਜਣੇ ਹੁਣ ਖੁਸ਼ ਹੋ ਕੇ 10 ਛੱਡਤੀ ਕੁਛ ਨਾ ਕਰੀਏ ਬਸ ਠੀਕ ਆ ਠੀਕ ਆ ਛੋਟ ਬਣਾ ਦੇ ਉਹਨਾਂ ਦਾ 100 ਇੱਧਰ ਲੱਗ ਆ ਮੈਨੂੰ